ਪਿਓ ਦੀ ਜ਼ਮੀਨ ਨੂੰ ਲੈ ਕੇ ਹੋਈ ਖੂਨੀ ਲੜਾਈ। ਭੈਣ ਦੇ ਪਰਿਵਾਰ ਤੇ ਭਰਾਵਾਂ ਨੇ ਭਤੀਜਿਆਂ ਸਮੇਤ ਕੀਤਾ ਹਮਲਾ। ਜੰਗ ਦਾ ਮੈਦਾਨ ਬਣੀ ਘਰ ਦੀ ਛੱਤ। ਦੱਸ ਦੇ ਕਿ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਭੈਣ ਦੇ ਟੱਬਰ ਦੇ ਉੱਤੇ ਉਸਦੇ ਭਰਾਵਾਂ ਅਤੇ ਭਤੀਜਿਆਂ ਨੇ ਮਿਲ ਕੇ ਹਮਲਾ ਕਰ ਦਿੱਤਾ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਹ ਘਰ ਦੀ ਛੱਤ ਜੰਗ ਦਾ ਮੈਦਾਨ ਬਣ ਗਈ ਤੇ ਇਹ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋਏ ਪਏ ਨੇ ਤੇ ਇੱਟਾਂ ਡਾਂਗਾਂ ਦੇ ਨਾਲ ਇੱਕ ਦੂਸਰੇ ਤੇ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਨੇ, ਜਿਸ ਦੇ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ। ਤਾਂ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਦੱਸ ਦੇ ਕਿ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਦੋ ਦਿਨ ਪਹਿਲਾਂ ਮ੍ਰਿਤਕ ਪਿਓ ਦੇ ਘਰ ਦੇ ਵਿੱਚ ਰਹਿ ਰਹੀ ਧੀ ਅਤੇ ਜਵਾਈ, ਉਸਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਭਰਾਵਾਂ ਅਤੇ ਭਤੀਜਿਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਨਾਲ ਚਾਰ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ। ਮਿਲੀ ਜਾਣਕਾਰੀ ਅਨੁਸਾਰ ਇਹ ਸਾਰਾ ਵਿਵਾਦ ਪਿਓ ਦੀ ਜ਼ਮੀਨ ਨੂੰ ਲੈ ਕੇ ਹੈ, ਜਿਸ ਤੇ ਮ੍ਰਿਤਕ ਪਿਤਾ ਦੀ ਧੀ ਅਤੇ ਜਵਾਈ ਨੇ ਆਪਣਾ ਹੱਕ ਦੱਸਦੇ ਹੋਏ ਕਿਹਾ ਕਿ ਉਹਨਾਂ ਦੇ ਪਿਓ ਨੇ ਉਹਨਾਂ ਨੂੰ ਇਹ ਜ਼ਮੀਨ ਦਿੱਤੀ ਹੈ। ਜਦਕਿ ਦੂਜੇ ਪਾਸੇ ਭਾਈ ਅਤੇ ਭਤੀਜੇ ਇਸ ਨੂੰ ਆਪਣਾ ਹੱਕ ਦੱਸ ਰਹੇ ਨੇ, ਜਿਸ ਨੂੰ ਲੈ ਕੇ ਭਰਾਵਾਂ ਅਤੇ ਭਤੀਜਿਆਂ ਦੇ ਵੱਲੋਂ ਇਹਨਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਹਨਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਇਸ ਸੰਬੰਧੀ ਜ਼ਖਮੀ ਮਹਿਲਾ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਇਹ ਘਰ ਦੇ ਦਿੱਤਾ ਸੀ, ਜਿਸ ਤੋਂ ਬਾਅਦ ਉਹਨਾਂ ਦੇ ਭਰਾਵਾਂ ਦੇ ਵੱਲੋਂ ਇਸ ਘਰ 'ਤੇ ਕਬਜ਼ਾ ਕਰਨਾ ਚਾਹਿਆ, ਜਿਸ ਨੂੰ ਲੈ ਕੇ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਤਾਂ ਹਮਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜ਼ਮੀਨ ਨੂੰ ਲੈ ਕੇ ਇਹ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋਏ ਪਏ ਨੇ। ਤਾਂ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਜਗ੍ਹਾ ਕਿੰਨਾ ਨੇ ਦਿੱਤੀ ਤੁਹਾਨੂੰ? ਜਗ੍ਹਾ ਮੇਰੇ ਭਰਾ ਕੋਲ ਲਈ ਸੀ ਅਸੀਂ ਮੁੱਲ ਲਈ ਸੀ। ਤੇ ਡੈਡੀ ਤੁਹਾਡੇ ਦੀ ਡੈਥ ਹੋ ਗਈ? ਡੈਡੀ ਡੈਥ ਹੋ ਗਈ। ਉੱਥੇ ਰਹਿ ਰਹੇ ਸੀ ਤੁਸੀਂ? ਹਾਂਜੀ ਉੱਥੇ ਰਹਿ ਰਹੇ ਸੀ। ਤੇ ਭਰਾਵਾਂ ਵੱਲੋਂ ਹਮਲਾ ਕੀਤਾ ਗਿਆ? ਭਰਾਵਾਂ ਨੇ ਵੀ ਕੀਤਾ ਸੀ। ਹੋਰ ਕੌਣ? ਸਾਰੇ ਆਪੋਜੀਸ਼ਨ ਨੇ, ਸਾਰੇ ਪਿੰਡ ਦੇ। ਹਾਂਜੀ ਸਾਰੇ ਪਿੰਡ ਦੇ, ਪਤਾ ਨਹੀਂ ਕਿੰਨੇ ਇਕੱਠੇ ਹੋ ਗਏ। ਇਕੱਠੇ ਹੋ ਗਏ, 200 ਬੰਦਾ ਸੀ ਜਿਹੜਾ ਕੋਠਿਆਂ ਤੇ। ਕੋਠਿਆਂ ਕੋਠਿਆਂ ਤੇ ਵੀ ਉੱਤੋਂ ਮਾਰੇ ਗਏ ਨੇ। ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਕੀ ਕੀ ਸਾਡੇ ਨਾਲ ਹੋਇਆ ਕੀ ਨਹੀਂ ਹੋਇਆ। ਤੁਹਾਡੇ ਘਰ ਵਾਲੇ ਦੇ ਵਾਲਾ ਹੋਇਆ? ਹੋਰ ਕਿਤੇ ਤੇ ਹੋਇਆ? ਸੋਨਾ ਸਿੰਘ ਪੁੱਤਰ ਅਵਤਾਰ ਸਿੰਘ ਤੇ ਬਲਵਿੰਦਰ ਸਿੰਘ ਪੁੱਤਰ ਗੁਰਦਾਸ ਸਿੰਘ, ਜੋ ਕਿ ਆਪਸ ਵਿੱਚ ਰਿਸ਼ਤੇਦਾਰ ਨੇ, ਦਾ ਆਪਸ ਵਿੱਚ ਘਰ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਸੀ। ਜੋ ਦੋਨੋਂ ਤਰ੍ਹਾਂ ਦੇ ਝੜਪ ਦੇ ਵਿੱਚ ਕਾਫੀ ਇੱਟਾਂ ਰੋੜੇ ਚੱਲੇ, ਦੋਨਾਂ ਪਾਸਿਆਂ ਤੋਂ
ਤਿੰਨ ਤਿੰਨ ਵਿਅਕਤੀ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਹਨ, ਜਿਹਨਾਂ ਵਿੱਚੋਂ ਅੱਜ ਬਲਵਿੰਦਰ ਸਿੰਘ, ਬਲਕਾਰ ਸਿੰਘ ਅਤੇ ਉਹਨਾਂ ਦੇ ਬੇਟੇ ਇੱਥੇ ਦਾਖਲ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ, ਜਿਹਦੇ ਅਸੀਂ ਬਿਆਨ ਲੈ ਰਹੇ ਹਾਂ। ਪਹਿਲਾਂ ਹੀ ਦੂਸਰੀ ਪਾਰਟੀ ਵੱਲੋਂ ਮੁਕਦਮਾ ਨੰਬਰ 29 ਲਿਖੀ 3424 ਅੰਡਰ ਸੈਕਸ਼ਨ 452 323 148 149 448 ਆਈ ਪੀ ਸੀ ਤਹਿਤ ਦਰਜ ਹੋ ਚੁੱਕੀ ਹੈ। ਅੱਜ ਇਹਨਾਂ ਦੇ ਬਿਆਨ 'ਤੇ ਉਸੇ ਮੁਕਦਮੇ ਵਿੱਚ ਕ੍ਰੋਸ ਕੇਸ ਦਰਜ ਕੀਤਾ ਜਾ ਰਿਹਾ। ਅਤੇ ਕਿੰਨੇ ਦੋਸ਼ੀ ਸਰ ਅਰੈਸਟ ਪਾਈ ਹੈ? ਤਕਰੀਬ 7 ਦੋਸ਼ੀ ਅਰੈਸਟ ਕੀਤੇ ਜਾ ਚੁੱਕੇ ਨੇ, ਜਿਹਨਾਂ ਨੂੰ ਜੇਲ੍ਹ ਭੇਜਿਆ ਗਿਆ। ਅਤੇ ਕੀ ਉੱਥੇ ਇੰਨਾ ਜ਼ਿਆਦਾ ਮਾਮਲਾ ਭੱਗ ਗਿਆ ਹੈਗਾ, ਪੁਲਿਸ ਦਾ ਵੀ ਹੱਥ ਬਾਹਰ ਹੋ ਗਿਆ? ਹਾਂ, ਕਾਫੀ ਪਿੰਡ ਵਾਸੀ ਇਕੱਠੇ ਹੋ ਗਏ ਸੀ, ਕਾਫੀ ਭੜਕੇ ਹੋਏ ਸੀ, ਜਿਹਨਾਂ ਨੂੰ ਮੌਕੇ 'ਤੇ ਜਾ ਕੇ ਸ਼ਾਂਤ ਕੀਤਾ ਗਿਆ ਅਤੇ ਅਗਲੀ ਕਾਰਵਾਈ ਜਿਹੜੀ ਬਣੇਗੀ ਉਹਦੇ ਮੁਤਾਬਕ ਪ੍ਰਤੀਤ ਕੀਤੀ ਜਾਵੇ।